ਕਿਸਾਨ ਭਰਾ ਉਹ ਨਰਮੇ ਦੇ ਥੱਲੇ ਬੂਟੇ ਦੇ ਥੱਲੇ ਇਹ ਇੱਕ ਖੋਲੀ ਜੀ ਬਣੀ ਹੋਈ ਹੈ ਅਤੇ ਇਹਦੇ ਵਿੱਚ ਆਂਡੇ ਹੈ। ਮੈਂ ਜ਼ੂਮ ਕਰਕੇ ਦਿਖਾਵਾਂ ਤਾਂ ਇਹ ਮੱਕੜੀ ਦੇ ਆਂਡੇ ਹੈ ਅਤੇ ਹਰ ਇੱਕ ਚੀਜ਼ ਤੋਂ ਘਬਰਾਉਣਾ ਨਹੀਂ ਚਾਹੀਦਾ। ਉਸੇ ਤੋੜਨ ਦਾ ਟਾਈਮ ਆ, ਜਿੱਥੇ ਵੀ ਨਰਮੇ 100 ਦਿਨ ਦੇ ਹੋ ਗਏ, 80 ਦਿਨ ਦੇ ਹੋ ਗਏ, ਨਰਮੇ ਤੁਹਾਡੇ 4-5 ਫੁੱਟ ਹਾਈਟ ਲੈ ਚੁੱਕੇ ਆ ਤਾਂ ਫਰੂਟ ਲੈ ਰਹੇ ਆ, ਤਾਂ ਉੱਥੇ ਟੂਸੇ ਤੋੜ ਲਵੋ। ਟਿੰਡਾ ਤੋੜ ਕੇ ਕਦੇ ਵੀ ਨਹੀਂ ਦੇਖਣਾ, ਜੇ ਸਾਫ਼ ਟਿੰਡਾ ਨਿਕਲਿਆ ਤੁਸੀਂ ਖੁਸ਼ ਹੋ ਜਾਓਗੇ, ਅਤੇ ਜੇ ਨਿਕਲਿਆ ਕਾਣਾ ਮਕਾਣਾ ਤੁਸੀਂ ਨਿਰਾਸ਼ ਹੋ ਜਾਣਾ। ਠੀਕ ਹੈ, ਦੋਨੇ ਕੰਡੀਸ਼ਨਾਂ ਬਹੁਤ ਜ਼ਿਆਦਾ ਤੁਹਾਡੇ ਲਈ ਖਤਰਨਾਕ ਹੈ, ਹਾਨੀਕਾਰਕ ਹੈ, ਅਤੇ ਇਹਨਾਂ ਨੂੰ ਟ੍ਰੈਪਸ ਨੂੰ ਲਗਾ ਕੇ ਰੱਖੋ। ਜੇ ਤੁਹਾਡੇ ਖੇਤ ਦੇ ਵਿੱਚ ਕੋਈ ਪਤੰਗਾ ਆਉਂਦਾ ਤਾਂ ਇਹਨੇ ਦੱਸਣਾ ਹੈਗਾ ਵੀ ਪਤੰਗਾ ਆਇਆ ਹੈਗਾ। ਠੀਕ ਹੈ, ਜਾਂ ਗਿਣਤੀ ਉਹਨਾਂ ਦੀ ਕਿੰਨੀ ਕੁ ਆਉਂਦੀ ਹੈਗੀ ਹੈ। ਅਤੇ ਜੇ ਤੁਸੀਂ ਸਾਫ਼ ਟਿੰਡੇ ਨੂੰ ਦੇਖ ਕੇ ਖੁਸ਼ ਹੋਈ ਜਾਓਗੇ ਤਾਂ ਜਿਹੜੇ ਫੁੱਲ ਲੱਗੇ ਹੋਏ ਆ, ਹੋ ਸਕਦਾ ਉਹਨਾਂ ਦੇ ਵਿੱਚ ਆਂਡੇ ਹੋਣ ਅਤੇ ਉਹਨਾਂ ਦੇ ਵਿੱਚ ਅੱਗੇ ਸੁੰਡੀਆਂ ਬੰਨ ਅਤੇ ਉਹਨਾਂ ਨੇ ਖਿਲਣਾ ਨਹੀਂ ਹੈਗਾ। ਅਗਰ ਤੁਸੀਂ ਪਹਿਲੀ ਚੁਗਾਈ ਚੰਗੀ ਮਾਤਰਾ ਦੇ ਵਿੱਚ ਕਰਨੀ ਆ ਤਾਂ ਜਿਹੜਾ ਹੁਣ ਸਮਾਂ ਚੱਲ ਰਿਹਾ, ਜੇਕਰ ਤੁਹਾਡਾ ਨਰਮਾ 100 ਦਿਨ ਤੋਂ ਥੱਲੇ ਆ ਤਾਂ ਉਹਦੇ ਵਿੱਚ ਪ੍ਰੋਫੈਨੋਫੋਸ, ਲਿਕੁਇਡ ਪ੍ਰੋਕਲੇਮ, ਨੋਰਮਲ ਪ੍ਰੋਕਲੇਮ ਜਾਂ ਉਹਨਾਂ ਦੇ ਕੰਬੀਨੇਸ਼ਨ ਵੀ ਆ ਗਏ ਹੈਗੇ ਆ ਮਾਰਕੀਟ ਦੇ ਵਿੱਚ, ਈਥੀਓਨ ਜਾਂ ਡੈਲੀਗੇਟ, ਇਹ ਸਪਰੇਹਾਂ ਰਿਜ਼ਲਟ ਦੇ ਰਹੀਆਂ ਹੈਗੀਆਂ, ਗੁਲਾਬੀ ਸੁੰਡੀ ਤੋਂ ਵਧੀਆ ਕੰਮ ਕਰ ਰਹੀਆਂ, ਤੁਸੀਂ ਕਰ ਲਓ। ਜਦੋਂ 100-120 ਦਿਨ ਤੋਂ ਨਰਮਾ ਉੱਪਰ ਚਲਾ ਗਿਆ, ਉਹਦੇ ਡੈਲਟਾ ਮੈਥਰੀਨ ਕਰ ਸਕਦੇ ਹੋ, ਮੋਨੋ ਕਰ ਸਕਦੇ ਹੋ, ਜਾਂ ਸਾਈਪਰ ਵਗੈਰਾ ਵੀ ਤੁਸੀਂ ਕਰ ਸਕਦੇ ਹੋ, ਉਦੋਂ ਆਪਾਂ ਉਹਨਾਂ ਸਪਰੇਹਾਂ ਦੇ ਨਾਲ ਹੱਲ ਕਰਾਂਗੇ। ਅਤੇ ਜੇਕਰ ਆਪਾਂ ਇੰਨੇ ਚੰਗੇ ਰੇਟ ਦੇ ਵਿੱਚ 8 ਕੁਇੰਟਲ ਨਰਮਾ ਲੈਣ ਦੇ ਕਾਬਲ ਹੋ ਜਾਂਦੇ ਹਾਂ ਤਾਂ ਮੈਨੂੰ ਲੱਗਦਾ ਇੱਕ ਚੰਗੀ ਕਰੋਪ ਪ੍ਰੈਕਟਿਸ ਆਪਾਂ ਕਰ ਲਵਾਂਗੇ, ਕਿਉਂਕਿ ਹਾਲਾਤ ਕਾਫੀ ਮਾੜੇ ਜ਼ਿਆਦਾ ਹੈਗੇ ਆ ਕਿ ਨਰਮੇ ਦੇ ਉੱਪਰ ਲੀਫ ਕਰਲ ਵਾਇਰਸ ਨੇ ਧੂੰਆਂ ਕੱਢ ਰੱਖਿਆ ਹੈਗਾ, ਮੱਛਰ ਬਹੁਤ ਜ਼ਿਆਦਾ ਹੈਗਾ, ਕੰਟਰੋਲ ਨਹੀਂ ਹੋ ਰਿਹਾ ਹੈਗਾ। ਬਟ ਜਿੱਥੇ ਕੁਛ ਚੰਗੀਆਂ ਵਰਾਇਟੀਆਂ ਦੀਆਂ ਜਿਹੜੀਆਂ ਪਹਿਲਾਂ ਵੀਡੀਓ ਬਣਾਈਆਂ ਹੈਗੀਆਂ ਅਤੇ ਕੁਛ ਕਰੋਪ ਪ੍ਰੈਕਟਿਸਾਂ ਜਿਨ੍ਹਾਂ ਦੇ ਨਾਲ ਆਪਾਂ ਨੂੰ ਚੰਗੇ ਰਿਜ਼ਲਟ ਮਿਲੇ ਹੈਗੇ ਆ ਤਾਂ ਉਹ ਕਰ ਲੈਣੀਆਂ ਚਾਹੀਦੀਆਂ, ਉਹਨਾਂ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ। ਠੀਕ ਹੈ, ਜ਼ਰੂਰੀ ਨਹੀਂ ਹੈਗਾ ਕਿ ਹਰ ਇੱਕ ਕਿਸਾਨ ਨੇ ਘਾਟਾ ਖਾ ਕੇ ਦੁਬਾਰਾ ਠੇਡਾ ਖਾ ਕੇ ਚੱਲਣਾ ਹੈਗਾ। ਜਿਹੜਾ ਠੇਡੇ ਖਾਧੇ ਹੋਏ ਆ ਉਹ ਅਗਰ ਕੋਈ ਵੀਡੀਓ ਦੇ ਰੂਪ ਵਿੱਚ ਜਾਂ ਪੋਸਟ ਜਾਂ ਕਿਸੇ ਲਿਟਰੇਚਰ ਦੇ ਰੂਪ ਵਿੱਚ ਤੁਹਾਡੇ 'ਤੇ ਕੋਈ ਜਾਣਕਾਰੀ ਪਹੁੰਚਦੀ ਹੈ, ਉਹਨੂੰ ਅਪਣਾ ਲਿਆ ਜਾਵੇ। ਨਿੰਮ ਵਾਲੀਆਂ ਸਪਰੇਹਾਂ ਦਾ ਖੜਾ ਨਾ ਛੱਡੋ, ਉੱਪਰ ਤੁਸੀਂ ਨਿਰਮਾ ਸਰਫ ਦੀ ਸਪਰੇਅ ਵੀ ਕਰ ਸਕਦੇ ਹੋ 1000 ਲੀਟਰ ਦੇ ਵਿੱਚ 1 ਕਿਲੋ, ਅਤੇ ਉਹਨੂੰ ਤੁਸੀਂ 8 ਕਿੱਲਿਆਂ 'ਤੇ ਸਪਰੇਅ ਕਰੋਗੇ ਤਾਂ ਸਮੈਲ ਚੇਂਜ ਹੋਵੇਗੀ, ਭਮੱਕੜੇ 'ਤੇ ਆਂਡੇ ਨਹੀਂ ਦੇਵੇਗਾ, ਅਤੇ ਪਲਾਂਟ 8 ਦਿਨਾਂ ਬਾਅਦ ਤੁਸੀਂ ਦੁਬਾਰਾ ਸਪਰੇਅ ਰਿਪੀਟ ਕਰ ਸਕਦੇ ਹੋ, ਕੋਈ ਮਹਿੰਗੀ ਨਹੀਂ ਹੈਗੀ। ਕੋਈ ਵੀ ਆਰਟੀਫਿਸ਼ੀਅਲ ਸਮੈਲ ਵਾਲਾ ਡਿਟਰਜੈਂਟ ਪਾਊਡਰ ਲਾਓਗੇ, ਉਹ ਵਾਸ਼ਿੰਗ ਪਾਊਡਰ ਹੁੰਦੇ ਜਿਹੜੇ ਸਸਤਾ ਲੈ ਲਓ, ਸਭ ਤੋਂ ਨਿਰਮਾ ਪਾਊਡਰ ਆਉਂਦਾ ਹੈਗਾ ਵਾਸ਼ਿੰਗ ਪਾਊਡਰ, ਤਾਂ ਉਹ ਤੁਹਾਨੂੰ ਲਗਭਗ 25-28-30 ਰੁਪਏ 35 ਰੁਪਏ ਦਾ ਮਿਲ ਜਾਏਗਾ ਕਿਲੋ, ਅਤੇ ਉਹ ਤੁਹਾਡਾ 8 ਏਕੜ ਦੇ ਵਿੱਚ ਸਪਰੇਅ ਹੋ ਜਾਏਗਾ। ਉਹਦੇ ਨਾਲ ਇੱਕ ਤਾਂ ਸਪਰੇਅ ਚੰਗੀ ਤਰ੍ਹਾਂ ਫੈਲਦੀ ਹੈ, ਸਪਰੇਅ ਹਮੇਸ਼ਾ ਸ਼ਾਮ ਦੇ ਸਮੇਂ ਕਰੋ, ਅਤੇ ਇੱਕ ਉਹਦੇ ਨਾਲ ਬੈਡ ਸਮੈਲ ਹੁੰਦੀ ਹੈ। ਠੀਕ ਹੈ, ਜਿਹੜਾ ਭਮੱਕੜਾਂ ਦਾ ਮੀਟਿੰਗ ਕਰਨ ਦਾ ਸਮਾਂ ਉਹ ਵੀ ਰਾਤ ਦਾ, ਆਂਡੇ ਦੇਣ ਦਾ ਸਮਾਂ ਉਹ ਵੀ ਰਾਤ ਦਾ, ਅਤੇ ਆਂਡਿਆਂ 'ਚੋਂ ਬੱਚੇ ਨਿਕਲਣ ਦਾ ਸਮਾਂ ਉਹ ਵੀ ਰਾਤ ਦਾ। ਇਹ ਸਾਰੀਆਂ ਪ੍ਰੋਸੈਸਿਸ ਜਿਹੜੀਆਂ ਹੈਗੀਆਂ 10 ਵਜੇ ਤੋਂ ਬਾਅਦ ਅਤੇ ਸ਼ਾਮੀ 10 ਵਜੇ ਤੋਂ ਬਾਅਦ ਰਾਤ ਦੇ ਸਮੇਂ ਅਤੇ ਸਵੇਰੇ 4 ਵਜੇ ਤੋਂ ਪਹਿਲਾਂ, ਇਸ ਸਮੇਂ ਦੇ ਵਿੱਚ ਇਹ ਚੀਜ਼ ਹੈਪਨਿੰਗ ਹੁੰਦੀ ਆ। ਆਪਾਂ ਉਦੋਂ ਖੇਤ 'ਚ ਵੀ ਨਹੀਂ ਹੁੰਦੇ, ਜੇ ਹੋਈਏ ਤਾਂ ਵੀ ਨਹੀਂ ਪਤਾ ਲੱਗਣਾ ਹੈਗਾ। ਸੋ ਜਦੋਂ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਚੰਗੀਆਂ ਤੁਹਾਡੇ ਖੇਤ ਦੇ ਵਿੱਚ ਬਣਨਗੀਆਂ ਤਾਂ ਤੁਸੀਂ ਲਗਾਤਾਰ ਸਪਰੇਹਾਂ ਕਰਦੇ ਰਹਿਣਾ, ਜਾਗਰੂਕ ਰਹਿਣਾ, ਅਵੇਸਲੇ ਨਹੀਂ ਹੋਣਾ, ਤਾਂਸਨੀ ਵਾਲੀ ਖੇਡਣੀ, ਅਤੇ 2 ਕਿਲੋ 13-0-45, ਅਤੇ ਉਹਦੇ ਨਾਲ ਤੁਸੀਂ 100 ਗ੍ਰਾਮ ਚਿਲਟਰ ਜਿੰਕ ਐਡ ਕਰ ਸਕਦੇ ਹੋ, ਕਿਲੋ ਯੂਰੀਆ ਵੀ ਐਡ ਕਰ ਸਕਦੇ ਹੋ, ਜਾਂ ਯੂਰੀਆ ਅਤੇ ਜਿੰਕ ਚਿਲਟਰ ਜਿੰਕ ਦੀ ਤੁਸੀਂ ਅਲੱਗ ਤੋਂ ਸਪਰੇਅ ਕਰ ਸਕਦੇ ਹੋ। 100 ਲੀਟਰ ਪਾਣੀ ਦੇ ਵਿੱਚ 2 ਤੋਂ 2.5 ਕਿਲੋ ਤੱਕ ਯੂਰੀਆ ਪਾ ਸਕਦੇ ਹੋ, ਬਰੀਕ ਲੈਣਾ, ਫਰੈਸ਼ ਲੈਣਾ, ਐਂ ਨਾ ਹੋਵੇ ਕਿ ਗੱਟਾ 15 ਦਿਨ ਪਹਿਲਾਂ ਖੁੱਲਿਆ ਹੋਵੇ, ਉਹਦੇ ਨਾਲ ਰਿਜ਼ਲਟ ਕਈ ਵਾਰ ਡੋਮੀਨੇਟ ਮਿਲਦੇ ਆ। ਅਤੇ ਅਗਰ ਤੁਹਾਡੇ ਖੇਤ ਦੇ ਵਿੱਚ ਜ਼ਿਆਦਾ ਮੈਗਨੀਸ਼ੀਅਮ ਦੀ ਘਾਟ ਵੀ ਆਉਂਦੀ ਹੈਗੀ ਤਾਂ 13-0-45 2 ਕਿਲੋ, 1 ਕਿਲੋ ਮੈਗਨੀਸ਼ੀਅਮ, ਅਤੇ ਉਹ ਵੀ ਤੁਸੀਂ 150 ਲੀਟਰ ਪਾਣੀ ਦੇ ਨਾਲ ਇਹ ਚੀਜ਼ ਕਰਨੀ ਹੈ। ਘੋਲ ਹਮੇਸ਼ਾ ਅਲੱਗ ਅਲੱਗ ਬਣਾਉਣਾ। ਜਿਹੜੇ ਕਿਸਾਨ ਡਬਲ ਟੈਕਨੀਕਲ ਵਾਲੀਆਂ ਸਪਰੇਹਾਂ ਟੇਲੇ ਦੀਆਂ ਕਰਦੇ ਆ ਅਤੇ ਉਸ ਤੋਂ ਬਾਅਦ ਫਿਰ ਉਹ 2-2 ਇਹ ਤਾਕਤ ਵਾਲੀਆਂ ਸਪਰੇਹਾਂ ਐਡ ਕਰ ਲੈਂਦੇ ਆ, ਫਿਰ ਸਰਫ ਪਾ ਲੈਂਦੇ, ਉਹ ਕਾਫੀ ਜ਼ਿਆਦਾ ਕੰਸਨਟ੍ਰੇਸ਼ਨ ਸਲਿਊਸ਼ਨ ਹੋ ਜਾਂਦਾ, ਉਹਦੀ ਸਮੈਲ ਵੀ ਨਹੀਂ ਬਣਦੀ, ਕੋਈ ਉਹਦਾ ਰਿਜ਼ਲਟ ਵੀ ਪ੍ਰੋਪਰ ਨਹੀਂ ਬਣਦਾ ਹੈਗਾ। ਸੋ ਸਪਰੇਅ ਨੂੰ 2 ਭਾਗਾਂ ਵਿੱਚ ਵੰਡ ਲਿਆ ਕਰੋ। ਜੇ ਹਫ਼ਤੇ 'ਚ 2 ਤੁਹਾਡੀਆਂ ਸਪਰੇਹਾਂ ਜਾ ਰਹੀਆਂ ਤਾਂ ਕੋਈ ਗੱਲ ਨਹੀਂ, ਅਗਰ ਤੁਹਾਡਾ ਨਰਮਾ 80 ਦਿਨ ਦਾ ਹੋ ਚੁੱਕਿਆ ਤਾਂ ਉਦੋਂ ਬਾਅਦ ਤੁਹਾਡੇ ਕੋਲ ਸਿਰਫ ਮੇਰਾ ਖਿਆਲ 25-30 ਦਿਨ ਹੀ ਬਚੇ ਹੈਗੇ, ਉਸ ਤੋਂ ਬਾਅਦ ਨਰਮਾ ਬੁਢਾਪੇ ਵੱਲ ਚਲਾ ਜਾਵੇਗਾ। ਨਰਮੇ ਨੇ ਪਹਿਲਾ ਫਲ ਜਦੋਂ ਪਹਿਲਾ ਟਿੰਡਾ ਜਿਹੜਾ ਉਹਦਾ ਖਿੜਨ ਸ਼ੁਰੂ ਹੋ ਗਿਆ, ਪਟਣਾ ਸ਼ੁਰੂ ਹੋ ਗਿਆ, ਮੈਚੋਰ ਹੋ ਜਾਂਦਾ, ਆਪਾਂ ਥੱਲੇ ਯੂਰੀਆ ਨਹੀਂ ਦੇਣਾ ਹੈਗਾ, ਜਿੱਥੇ ਜਿੱਥੇ ਵਾਇਰਸ ਦਾ ਰੋਗ ਆ ਰਿਹਾ, ਵਾਈਟ ਫਲਾਈ ਜ਼ਿਆਦਾ ਆ, ਆਪਾਂ ਉੱਪਰ ਹੀ ਜਿਹੜੀ ਆ ਇਹਨੂੰ ਕੱਚਾ ਰੱਖਣ ਵਾਲੀਆਂ ਸਪਰੇਹਾਂ ਕਰਨੀਆਂ ਹੈਗੀਆਂ। ਤਾਂ ਇਹ ਕੁਝ ਬੇਨਤੀਆਂ ਸੀਗੀਆਂ, ਸ਼ੇਅਰ ਵੀ ਕਰ ਲਿਓ, ਯਾਦ ਵੀ ਰੱਖਿਓ ਅਤੇ ਵਰਤ ਵੀ ਲਿਓ, ਕਿਉਂਕਿ ਗੱਲਾਂ ਨਾਲ ਕੜਾਹ ਨਹੀਂ ਬਣਦੇ ਹੈਗੇ, ਕੜਾਹ ਬਣਾਉਣ 'ਤੇ ਵੀ ਕਾਫੀ ਟਾਈਮ ਲੱਗਦਾ।
ਅਤੇ ਉਹ ਫਿਰ ਖਾਣ 'ਚ ਸਵਾਦ ਆਉਂਦਾ। ਅਤੇ ਤੁਸੀਂ ਜਿਹੜੀ ਜਿਹੜੀ ਫਸਲ ਲਾਈ ਹੋਈ ਹੈ ਇਹਦੇ ਤਾਂ ਬਹੁਤ ਜ਼ਿਆਦਾ ਮਿਹਨਤ ਪਾਲਦੀ ਹੈ, ਮਾੜਾ ਸਮਾਂ ਚੱਲ ਰਿਹਾ। ਅਤੇ ਜਿਹੜੇ ਵੀਰਾਂ ਦੀ ਫਸਲ ਚੰਗੀ ਹੈ ਤਾਂ ਉਹ ਆਪਣੇ ਸੁਹਿਰਦ ਕਾਮਯਾਬ ਤਜਰਬੇ ਵੀ ਜ਼ਰੂਰ ਸਾਂਝੇ ਕਰਿਆ ਕਰੋ।